ਅਗਲੇ ਦਿਨ ਚੰਨਾ ਬੁਲਟ ਦੋਸਤਾਂ ਨੂੰ ਵਿਖਾਉਣ ਮਾਰੇ ਸਵੇਰੇ ਸਵੇਰੇ ਜਲਦੀ ਨਾਲ ਤਿਆਰ ਹੋ ਕੇ ਕਾਲਜ ਲਈ ਨਿਕਲ ਗਿਆ। ਕਰਮੋ ਨੇ ਵੀ ਕਿਹਾ ਕਿ ਪੁੱਤ ਆਰਾਮ ਨਾਲ ਜਾਈ, ਪਰ ਚੰਨੇ ਦੀ ਮਾਂ ਦੀ ਗੱਲ ਨਾ ਅਣਸੁਣੀ ਕਰ ਦਿੱਤੀ। ਦੋਸਤਾਂ ਨੂੰ ਮਿਲਣ 'ਤੇ ਕਾਲਜ ਵਿੱਚ ਆਪਣੀ ਟੌਰ ਬਣਾਉਣ ਦੇ ਮਾਰੇ ਨੇ ਚੰਨੇ ਨੇ ਬੁਲਟ ਨੂੰ ਬੜੀ ਤੇਜ਼ੀ ਨਾਲ ਭਜਾਇਆ ਅਤੇ ਕਾਹਲੀ ਦੇ ਕਾਰਨ ਟਰੱਕ ਨੂੰ ਕ੍ਰਾਸ ਕਰਦੇ ਹੋਏ ਅੱਗੋਂ ਆ ਰਹੀ ਬੱਸ ਵੱਲ ਚੰਨੇ ਦਾ ਧਿਆਨ ਨਾ ਗਿਆ। ਜਦ ਚੰਨੇ ਦਾ ਧਿਆਨ ਬੱਸ ਵੱਲ ਹੋ ਗਿਆ ਤਾਂ ਡਰਾਈਵਰ ਨੇ ਚੰਨੇ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀ ਕਰਦੀ ਬੱਸ ਖੇਤਾਂ ਵੱਲ ਨੂੰ ਘੁਮਾ ਦਿੱਤੀ, ਪਰ ਬੱਸ ਦਾ ਪਿਛਲਾ ਹਿੱਸਾ ਬੜੀ ਤੇਜ਼ੀ ਨਾਲ ਬੁਲਟ ਦੇ ਵਿੱਚ ਆ ਵੱਜਾ ਅਤੇ ਚੰਨਾ ਉੜਦਾ ਹੋਇਆ ਸੜਕ 'ਤੇ ਜਾ ਡਿੱਗਾ। ਉਹਦੇ ਬਹੁਤ ਜ਼ਿਆਦਾ ਸੱਟ ਲੱਗੀ, ਚੰਨੇ ਦੀ ਸੱਜੀ ਲੱਤ ਟੁੱਟ ਗਈ ਅਤੇ ਉਸਦੇ ਸਿਰ ਵਿੱਚ ਬਹੁਤ ਡੂੰਘੀ ਸੱਟ ਵੱਜੀ, ਜਿਸ ਕਾਰਨ ਉਹ ਬੇਹੋਸ਼ ਹੋ ਗਿਆ। ਬੁਲਟ ਦਾ ਜਿਵੇਂ ਪੁਰਜਾ ਪੁਰਜਾ ਹੋ ਗਿਆ ਅਤੇ ਕੋਈ ਵੀ ਉਸਦੀ ਹਾਲਤ ਦੇਖ ਕੇ ਨਹੀਂ ਕਹਿ ਸਕਦਾ ਸੀ ਕਿ ਕੱਲ੍ਹ ਨਵਾਂ ਲਿਆਂਦਾ। ਕੁਝ ਲੋਕਾਂ ਨੇ ਚੰਨੇ ਨੂੰ ਚੱਕ ਕੇ ਹਸਪਤਾਲ ਪਹੁੰਚਾਇਆ। ਉਸ ਹਸਪਤਾਲ ਵਿੱਚ ਚੰਨੇ ਦੇ ਪਿੰਡ ਦਾ ਇੱਕ ਮੁੰਡਾ ਕੰਮ ਕਰਦਾ ਸੀ, ਜਿਸ ਨੇ ਚੰਨੇ ਦੇ ਘਰ ਇਤਲਾਹ ਕੀਤੀ। ਚੰਨੇ ਦੀ ਮਾਂ ਚੰਨੇ ਦੇ ਐਕਸੀਡੈਂਟ ਦੀ ਗੱਲ ਸੁਣ ਕੇ ਬੇਹੋਸ਼ ਹੋ ਗਈ। ਬਿੱਕਰ ਸਿੰਘ ਗੱਲ ਸੁਣਦਿਆਂ ਹੋਸ਼ ਗੁੰਮ ਗਏ, ਪਰ ਕਰਮੋ ਦੀ ਹਾਲਤ ਵੇਖ ਕੇ ਬਿੱਕਰ ਸਿੰਘ ਨੇ ਖੁਦ ਨੂੰ ਸੰਭਾਲਿਆ ਅਤੇ ਛੇਤੀ ਨਾਲ ਹਸਪਤਾਲ ਜਾਣ ਲਈ ਨਿਕਲ ਗਿਆ। ਹਸਪਤਾਲ ਪਹੁੰਚ ਕੇ ਚੰਨੇ ਦੀ ਹਾਲਤ ਵੇਖ ਬਿੱਕਰ ਦਾ ਰੋਣਾ ਨਿਕਲ ਗਿਆ। ਡਾਕਟਰ ਨੇ ਦੱਸਿਆ ਕਿ ਉਹਦੀ ਸੱਜੀ ਲੱਤ ਟੁੱਟ ਗਈ ਹੈ ਅਤੇ ਉਸਦੇ ਦਿਮਾਗ ਵਿੱਚ ਵੀ ਸੱਟ ਲੱਗੀ ਹੈ, ਜਿਸ ਕਾਰਨ ਚੰਨੇ ਨੂੰ ਕਈ ਦਿਨ ਹਸਪਤਾਲ ਰੱਖਣਾ ਪੈਣਾ। 2 ਮਹੀਨੇ ਹਸਪਤਾਲ ਰਹਿਣ ਤੋਂ ਬਾਅਦ ਚੰਨੇ ਦੀ ਹਾਲਤ ਵਿੱਚ ਕਾਫੀ ਸੁਧਾਰ ਆ ਗਿਆ। ਡਾਕਟਰ ਨੇ ਚੈੱਕ ਕਰਕੇ ਚੰਨੇ ਨੂੰ ਛੁੱਟੀ ਤਾਂ ਦੇ ਦਿੱਤੀ, ਪਰ ਨਾਲ ਹੀ ਬਿੱਕਰ ਸਿੰਘ ਨੂੰ ਇਹ ਵੀ ਕਹਿ ਦਿੱਤਾ ਦਿਮਾਗੀ ਸੱਟ ਹੋਣ ਕਰਕੇ ਇਹ ਪੂਰੀ ਤਰ੍ਹਾਂ ਠੀਕ ਨਹੀਂ ਹੋ ਸਕਦਾ। ਇਸ ਨੂੰ ਬੋਲਣ ਵਿੱਚ ਅਤੇ ਤੁਰਨ ਵਿੱਚ ਪੂਰੀ ਤਰ੍ਹਾਂ ਠੀਕ ਹੋਣ ਵਿੱਚ ਸਾਲ ਜਾਂ ਇਸ ਤੋਂ ਵੱਧ ਦਾ ਸਮਾਂ ਲੱਗ ਸਕਦਾ। 2 ਸਾਲਾਂ 'ਚ ਚੰਨਾ ਲਗਭਗ ਠੀਕ ਤਾਂ ਹੋ ਗਿਆ, ਪਰ ਉਹ ਬੋਲਣ ਵਿੱਚ ਹਜੇ ਵੀ ਹਗਲਾਉਂਦਾ ਸੀ। ਉਹ ਜ਼ਿਆਦਾ ਤੁਰਨ 'ਤੇ ਥੱਕ ਜਾਂਦਾ ਸੀ ਅਤੇ ਉਸ ਤੋਂ ਜ਼ਿਆਦਾ ਕੰਮ ਵੀ ਨਹੀਂ ਸੀ ਹੁੰਦਾ। ਬਿੱਕਰ ਸਿੰਘ ਨੂੰ ਹਮੇਸ਼ਾ ਇਸ ਗੱਲ ਦੀ ਚਿੰਤਾ ਲੱਗੀ ਰਹਿੰਦੀ ਸੀ। ਇੱਕ ਦਿਨ ਬਿੱਕਰ ਸਿੰਘ ਨੂੰ ਉਹਦਾ ਪੁਰਾਣਾ ਆੜੀ ਮੇਜਰ ਸਿੰਘ ਮਿਲਿਆ, ਜੋ ਬਚਪਨ ਵਿੱਚ ਬਿੱਕਰ ਸਿੰਘ ਦਾ ਆੜੀ ਸੀ, ਪਰ ਕਿਸੇ ਮਜਬੂਰੀ ਕਾਰਨ ਛੋਟੀ ਉਮਰੇ ਹੀ ਪਿੰਡ ਛੱਡ ਕੇ ਕਿਤੇ ਹੋਰ ਪਿੰਡ ਜਾਵਾ ਸੀ। ਬਿੱਕਰ ਸਿੰਘ ਨੇ ਉਸਨੂੰ ਸਾਰੀ ਹੱਡ ਬੀਤੀ ਸੁਣਾਈ। ਮੇਜਰ ਸਿੰਘ ਸਾਰੀ ਗੱਲ ਸੁਣ ਦੁਖੀ ਹੋਇਆ। ਉਹਨੇ ਬਿੱਕਰ ਨੂੰ ਸੁਝਾਅ ਦਿੱਤਾ ਕਿ ਚੰਨੇ ਦਾ ਵਿਆਹ ਕਰਦੇ। ਬਿੱਕਰ ਇਹ ਗੱਲ ਸੁਣ ਕੇ ਹੈਰਾਨ ਹੋ ਗਿਆ ਅਤੇ ਠੰਡਾ ਜਿਹਾ ਹੌਂਕਾ ਲੈ ਕੇ ਬੋਲਿਆ ਕਿ ਮੇਰੇ ਮੁੰਡੇ ਦਾ ਹਾਲ ਵੇਖ ਕੇ ਕੌਣ ਰਿਸ਼ਤਾ ਕਰੂ। ਮੇਜਰ ਸਿੰਘ ਨੇ ਕਿਹਾ, ਜੇ ਤੂੰ ਰਾਜੀ ਹੋਵੀਂ ਤਾਂ ਮੇਰੇ ਪਿੰਡ ਦਾ ਇੱਕ ਰਿਸ਼ਤਾ ਹੈ, ਕੁੜੀ ਬਹੁਤ ਸੋਹਣੀ ਆ, ਪਰ ਬਚਪਨ ਵਿੱਚ ਸੱਟ ਲੱਗਣ ਕਾਰਨ ਉਹਦੀ ਇੱਕ ਅੱਖ ਪੱਥਰ ਦੀ ਹੈ। ਮੇਰੇ ਪਿੰਡ ਦੇ ਸਭ ਤੋਂ ਅਮੀਰ ਜੱਟਾਂ ਦੀ ਕੁੜੀ ਆ, ਜੇ ਤੂੰ ਹਾਂ ਕਰੇ ਤਾਂ ਤੈਨੂੰ ਦਾਜ ਨਾਲ ਰਜਾ ਦੇਣਗੇ। ਬਿੱਕਰ ਸਿੰਘ ਨੂੰ ਗੱਲ ਤਾਂ ਚੰਗੀ ਲੱਗੀ, ਪਰ ਉਸਨੇ ਘਰ ਸਲਾਹ ਕਰਨ ਦੀ ਗੱਲ ਕਰਦੇ ਕੱਲ੍ਹ ਨੂੰ ਦੱਸਣ ਬਾਰੇ ਕਿਹਾ। ਘਰ ਆ ਕੇ ਬਿੱਕਰ ਸਿੰਘ ਨੇ ਸਾਰੀ ਗੱਲ ਕਰਮੋ ਨੂੰ ਦੱਸੀ ਅਤੇ ਕਰਮੋ ਨੇ ਚੰਨੇ ਨਾਲ ਗੱਲ ਕਰਨ ਦੀ ਸਲਾਹ ਦਿੱਤੀ ਅਤੇ ਚੰਨੇ ਨੇ ਵੀ ਹਾਂ ਵਿੱਚ ਹਾਮੀ ਭਰ ਦਿੱਤੀ। ਬਿੱਕਰ ਸਿੰਘ ਨੇ ਅਗਲੇ ਦਿਨ ਮੇਜਰ ਨੂੰ ਰਿਸ਼ਤੇ ਦੀ ਗੱਲ ਤੋਰਨ ਲਈ ਕਿਹਾ। ਦੋਹਾਂ ਘਰ ਦਾ ਆਉਣ ਜਾਣ ਹੋਇਆ ਅਤੇ ਰਿਸ਼ਤਾ ਪੱਕਾ ਹੋ ਗਿਆ, ਚੰਨੇ ਦਾ ਵਿਆਹ ਕਰ ਦਿੱਤਾ। ਮੇਜਰ ਸਿੰਘ ਦੀ ਗੱਲ ਵਾਂਗ ਹੀ ਕੁੜੀ ਦੀਪੀ ਦੇ ਘਰਦਿਆਂ ਨੇ ਕੁੜੀ ਦਾ ਬਾਜ ਲੁਕਾਉਣ ਲਈ ਬਿੱਕਰ ਸਿੰਘ ਨੂੰ ਦਾਜ ਦੇ ਟਰੱਕ ਭਰ ਕੇ ਭੇਜੀ। ਦਾਜ ਦਾ ਸਮਾਨ ਇੰਨਾ ਕਿ ਬਿੱਕਰ ਸਿੰਘ ਨੂੰ ਆਪਣਾ ਘਰ ਛੋਟਾ ਜਾਪਣ ਲੱਗ ਪਿਆ। ਘਰ ਰੋਕਣ ਲਈ ਬਿੱਕਰ ਸਿੰਘ ਨੂੰ ਅਲੱਗ ਤੋਂ ਇੱਕ ਬਰਾਂਡਾ ਬਣਾਉਣਾ ਪਿਆ। ਚੰਨੇ ਦੇ ਘਰ ਵਾਲੀ ਦੀਪੀ ਰੱਜ ਕੇ ਸੋਹਣੀ, ਪਰ ਚਲਾਕ ਵੀ ਸਿਰੇ ਦੀ। ਹੌਲੀ ਹੌਲੀ ਸੱਸ ਸਹੁਰੇ ਨੂੰ ਆਪਣੀ ਚਲਾਕੀ ਨਾਲ ਮੋਹ ਲਿਆ ਅਤੇ ਆਪਣੀ ਚਲਾਕੀ ਨਾਲ ਬਹਾਨੇ ਬਣਾ ਕੇ ਘਰ ਦਾ ਕੰਮ ਕਰਨ ਤੋਂ ਬਚ ਜਾਂਦੀ ਅਤੇ ਕਰਮ ਨੂੰ ਸਾਰਾ ਕੰਮ ਹੀ ਕਰਨਾ ਪੈਂਦਾ। ਕੁਝ ਦੀਪੀ ਨੇ ਆਪਣੇ ਮਾਪਿਆਂ ਦਾ ਰੋਹ ਵੀ
ਚਲਾਕੀ ਨਾਲ ਸਹੁਰੇ ਪਰਿਵਾਰ 'ਤੇ ਬਣਾ ਲਿਆ। ਚੰਨੇ ਨਾਲ ਦੀਪੀ ਦੇ ਵਿਆਹ ਨੂੰ ਲਗਭਗ 2-2.5 ਸਾਲ ਹੋ ਗਏ, ਪਰ ਘਰ ਵਿੱਚ ਕੋਈ ਔਲਾਦ ਨਾ ਹੋਈ, ਜਿਸ ਕਾਰਨ ਦੀਪੀ ਦਾ ਸੁਭਾਅ ਚਿੜਚਿੜਾ ਜਿਹਾ ਹੋਣਾ ਸ਼ੁਰੂ ਹੋ ਗਿਆ। ਦੀਪੀ ਇਸ ਦਾ ਕਾਰਨ ਚੰਨੇ ਨੂੰ ਮੰਨਦੀ ਸੀ, ਕਿਉਂਕਿ ਹੁਣ ਤੱਕ ਉਸਨੂੰ ਚੰਨੇ ਬਾਰੇ ਕੁਝ ਨਾ ਕੁਝ ਪਤਾ ਲੱਗ ਚੁੱਕਾ ਸੀ। ਸੁਭਾਅ ਚਿੜਚਿੜਾ ਹੋਣ ਕਾਰਨ ਉਹ ਹਰ ਛੋਟੀ ਛੋਟੀ ਗੱਲ 'ਤੇ ਚੰਨੇ ਅਤੇ ਕਰਮ ਉਹਨਾਂ ਲੜਨ ਲੱਗ ਪੈਂਦੀ, ਪਰ ਦੀਪੀ ਆਪਣੇ ਸਹੁਰੇ ਤੋਂ ਥੋੜ੍ਹਾ ਡਰਦੀ ਸੀ। ਇੱਕ ਦਿਨ ਸਵੇਰ ਦੇ 11 ਵਜ ਗਏ, ਪਰ ਚੰਨੇ ਨੂੰ ਕਿਸੇ ਨੇ ਰੋਟੀ ਨਾ ਪੁੱਛੀ। ਮਾਂ ਨੂੰ ਲੱਗਿਆ ਕਿ ਦੀਪੀ ਨੇ ਰੋਟੀ ਦੇ ਦਿੱਤੀ ਹੋਣੀ, ਪਰ ਦੀਪੀ ਨੂੰ ਲੱਗਿਆ ਕਿ ਮਾਂ ਨੇ ਰੋਟੀ ਦੇ ਦਿੱਤੀ। ਚੰਨੇ ਨੇ ਦੀਪੀ ਨੂੰ ਰੋਟੀ ਦੇਣ ਲਈ ਕਿਹਾ ਤਾਂ ਅੱਗੇ ਦੀਪੀ ਨੇ ਗੁੱਸੇ ਨਾਲ ਕਿਹਾ ਤਾਂ ਤੇਰੀ ਮਾਂ ਵਿਹਲੀ ਬੈਠੀ ਆ, ਉਹਦੇ ਤਾਂ 2 ਰੋਟੀਆਂ ਲੈ ਲਾ। ਇਹ ਗੱਲ ਸੁਣ ਕੇ ਚੰਨੇ ਨੂੰ ਵੀ ਗੁੱਸਾ ਆ ਗਿਆ, ਉਹ ਦੀਪੀ ਨੂੰ ਉੱਚੀ ਉੱਚੀ ਬੋਲਣ ਲੱਗ ਪਿਆ। ਇਹਨਾਂ ਨੂੰ ਬਿੱਕਰ ਸਿੰਘ ਖੇਤ ਦਾ ਕੰਮ ਕਰਕੇ ਆ ਗਿਆ, ਉਹਨੂੰ ਸ਼ਹਿਰ ਦਾ ਕੋਈ ਕੰਮ ਸੀ। ਉਹਨੇ ਚੰਨੇ ਨੂੰ ਕਾਰ ਕੱਢਣ ਲਈ ਕਿਹਾ ਅਤੇ ਕਿਹਾ ਕਿ ਆਪਾਂ ਬਾਜ਼ਾਰ ਜਾ ਕੇ ਆਉਣਾ, ਅਤੇ ਦੀਪੀ ਵੀ ਗੁੱਸੇ ਵਿੱਚ ਸੀ। ਉਹਨੇ ਝੱਟਪੱਟ ਕਹਿ ਦਿੱਤਾ, ਕਾਰ ਨਹੀਂ ਦੇਣੀ, ਆਹ ਮੇਰੇ ਪੇਕਿਆਂ ਨੇ ਮੈਨੂੰ ਦਿੱਤੀ ਆ ਅਤੇ ਮੇਰੀ ਇਜਾਜ਼ਤ ਤੋਂ ਬਿਨਾਂ ਇਹਨੂੰ ਕੋਈ ਨਹੀਂ ਲਿਜਾ ਸਕਦਾ। ਚੰਨੇ ਦਾ ਗੁੱਸਾ ਹੋਰ ਵੀ ਵੱਧ ਗਿਆ। ਬਿੱਕਰ ਸਿੰਘ ਵੀ ਗੱਲ ਸੁਣ ਕੇ ਹੈਰਾਨ ਹੋ ਗਿਆ ਕਿ ਕੀ ਹੋ ਰਿਹਾ। ਬਿੱਕਰ ਸਿੰਘ ਗੱਲ ਨੂੰ ਇੱਥੇ ਹੀ ਖਤਮ ਕਰਨਾ ਚਾਹੁੰਦਾ ਸੀ। ਉਹਨੇ ਚੰਨੇ ਨੂੰ ਕਿਹਾ, ਕੋਈ ਨਾ ਪੁੱਤ, ਆਪਾਂ ਮੋਟਰਸਾਈਕਲ 'ਤੇ ਜਾ ਆਉਂਦੇ ਹਾਂ। ਦੀਪੀ ਗੁੱਸੇ ਵਿੱਚ ਪਤਾ ਨਹੀਂ ਕੀ ਕੀ ਕਹਿ ਰਹੀ ਸੀ, ਪਰ ਉਹ ਸਭ ਨੂੰ ਸੁਣਾਉਣਾ ਚਾਹੁੰਦੀ ਸੀ। ਦੀਪੀ ਨੇ ਝਟਪਟ ਬਿੱਕਰ ਸਿੰਘ ਨੂੰ ਕਹਿ ਦਿੱਤਾ ਕਿ ਚੰਨਾ ਵੀ ਤੇਰੇ ਨਾਲ ਨਹੀਂ ਜਾਵੇਗਾ। ਬਿੱਕਰ ਸਿੰਘ ਨੂੰ ਇਹ ਗੱਲ ਸੁਣ ਕੇ ਗੁੱਸਾ ਆ ਗਿਆ। ਇਹਨਾਂ ਨੇ ਦੀਪੀ ਨੂੰ ਕਹਿ ਦਿੱਤਾ ਕਿ ਮੇਰੇ ਪਿਓ ਨੇ ਤੈਨੂੰ ਦਾਜ ਦੇ ਕੇ ਚੰਨੇ ਨੂੰ ਮੇਰੇ ਲਈ ਖਰੀਦਿਆ, ਇਹ ਮੇਰਾ ਮੁੱਲ ਦਾ ਪਤੀ ਹੈ ਅਤੇ ਮੇਰੇ ਬਾਕੀ ਦੇ ਸਮਾਨ ਵਾਂਗੂ ਚੰਨੇ ਨੂੰ ਵਰਤਣ ਤੋਂ ਪਹਿਲਾਂ ਵੀ ਮੇਰੀ ਇਜਾਜ਼ਤ ਲੈਣੀ ਪਈ। ਬਿੱਕਰ ਸਿੰਘ ਇਹ ਸਭ ਸੁਣ ਕੇ ਜਿਵੇਂ ਹੱਕਾ ਬੱਕਾ ਹੀ ਰਹਿ ਗਿਆ। ਉਹ ਬਿਨਾਂ ਕੁਝ ਬੋਲੇ ਘਰੋਂ ਬਾਹਰ ਚਲਾ ਗਿਆ ਅਤੇ ਚੰਨੇ ਅਤੇ ਕਰਮ ਨੂੰ ਵੀ ਕੁਝ ਨਹੀਂ ਸੋਚ ਰਿਹਾ ਸੀ ਕਿ ਉਹ ਕੀ ਕਰਨਾ।